ਜਿਵੇਂ ਇੱਥੇ ਬੁੱਢੇ ਬਿਮਾਰ ਹੋਣ ਆਪਣੇ ਪੁੱਤਰ ਨੂੰ ਕਹਿ ਦਿੰਦੇ ਨੇ ਪੁੱਤਰ ਮੇਰੀ ਧੀ ਲੈਲਪੁਰ ਵਿਆਈਏ ਉਹਨੂੰ ਫੋਨ ਮਿਲਾਉਣ ਅੱਬਾ ਜੀ ਤੈਨੂੰ ਮਿਲਣਾ ਚਾਹੁੰਦੇ ਨੇ ਅੱਬਾ ਜੀ ਤੈਨੂੰ ਮਿਲਣਾ ਚਾਹੁੰਦੇ ਨੇ ਅਤੇ ਮੈਂ ਵੇਖਿਆ ਧੀਆਂ ਰੋਂਦੀਆਂ ਤੁਰ ਪੈਂਦੀਆਂ ਨੇ ਪੁੱਤਰ ਰੋਣ ਲੱਗ ਕੇ ਆਉਂਦੇ ਨੇ ਭੈਣ ਛੇਤੀ ਤੁਰ ਪਏ ਅੱਬਾ ਮੋਇਆਂ ਨੂੰ ਯਾਦ ਪਿਆ ਕਰਦਾ ਹੈ ਨਾ ਜ਼ਰਾ ਸੁਣਿਆ ਜੇ ਫਿਰ ਦਰਦ ਨਾਲ ਆਂਸੂ ਆ ਜਾਂਦੇ ਨੇ ਯਾਰ ਨੂੰ ਮਿਲਣ ਪਏ ਬੰਦਾ ਫੋਨ ਕਰਦਾ ਹੈ ਯਾਰ ਮੇਰੇ ਪੁਰਾਣੇ ਬੇਲੀ ਨੂੰ ਕਹੀਂ ਮੈਨੂੰ ਮਿਲ ਜਾਵੇ ਅਤੇ ਬੰਦੇ ਨੂੰ ਪੁੱਤਰ ਆਉਂਦੇ ਨੇ ਚਾਚਾ ਮੇਰਾ ਅੱਬਾ ਅੱਗੇ ਕਦੀ ਨਹੀਂ ਇੰਜ ਕਿਹਾ ਸੀ ਤੈਨੂੰ ਮਿਲਣ ਨੂੰ ਜੀ ਕਰਦਾ ਹੈ ਅਤੇ ਭਰਾ ਬੇਲੀ ਹੋਵੇ ਅਤੇ ਕੰਮ ਛੱਡ ਕੇ ਤੁਰ ਪੈਂਦੇ ਨੇ ਬੜੇ ਵੱਡੇ ਜੁਮਲੇ ਨੇ ਸਹਿ ਸਹਿ ਜੋੜ ਸੰਗਤ ਦੇ ਵੇਖੇ ਆਖਰ ਵੀ ਤਾਂ ਪਈਆਂ ਸਹਿਜੋੜ ਹਾਫਜ਼ ਅੱਬਾਸ ਸੰਜਮ ਸਾਹਿਬ ਤੁਹਾਡੇ ਗੁਜਰਾਂ ਵਾਲੇ ਚ ਇਮਾਮ ਉਲ ਮੁਫਸਰੀਨ ਸਨ ਇਮਾਮ ਉਲ ਮੁਫਸਰੀਨ ਸੀ ਸਾਡੀ ਕੌਮ ਨੂੰ ਮਰਨ ਤੋਂ ਬਾਅਦ ਉਹਨਾਂ ਦੀ ਕਦਰ ਹੁੰਦੀ ਏ ਗੁਜਰਾਂ ਵਾਲੇ ਚ ਹੁਣ ਇੱਕ ਹੀਰਾ ਰਹਿ ਗਿਆ ਜਿਹਦਾ ਨਾਂ ਹਾਫਜ਼ ਇਲਿਆਸ ਅਸਰੀ ਸਾਹਿਬ ਏ ਉਹਨਾਂ ਦੀ ਕਦਰ ਕਰ ਲਓ ਚੰਦ ਦਿਨਾਂ ਦੀ ਜ਼ਿੰਦਗੀ ਹੈ ਉਹਨਾਂ ਦੀ ਬੁਢਾਪੇ ਵਿੱਚ ਜਾ ਰਹੀ ਹੁਣ ਇਸ ਹੀਰੇ ਨੂੰ ਨਾ ਖੋਲਿਆ ਜੇ ਮੇਰਾ ਨਾ ਜੀ ਲੱਭ ਸੁਣਨ ਵਾਲਾ ਹੈ ਇਹ ਹੀਰੇ ਕਦੋਂ ਦੁਨੀਆਂ 'ਤੇ ਬਾਰ ਬਾਰ ਆਉਂਦੇ ਨੇ ਗੁਜਰਾਂ ਵਾਲੇ ਦਿਆ ਬਾਸੀਆਂ ਅੱਖਾਂ 'ਚੋਂ ਆਂਸੂ ਲੈ ਕੇ ਬਹਿਣ ਵਾਲੇ ਆਓ ਵੇਖਣਾ ਮਿੰਟ ਦੇ ਵਿੱਚ ਮਸਜਿਦ ਦਾ ਮਾਹੌਲ ਆਪਣੀ ਮੌਤ ਵੱਲ ਲੋਕ ਤੁਰ ਪੈਣਾ ਲੱਭ ਇਮਾਨ ਵਾਲਾ ਹੈ ਮੇਰੀਆਂ ਭੈਣਾਂ ਵੀ ਤਾਂ ਬੈਠ ਜੇ ਮੇਰੀਆਂ ਭੈਣਾਂ ਵੀ ਧਿਆਨ ਸੁਣਨ ਮੇਰੇ ਵੇਰਵੇ ਧਿਆਨ ਨਾ ਸੁਣਨ ਅੱਲਾਹ ਅਕਬਰ ਅੱਲਾਹ ਸਿਆਪਾ ਦੇਣੇ ਸੋਹਣਿਆ ਖੈਰ ਅੱਜ ਵੀ ਵਕਤ ਮੈਂ ਤੁਹਾਨੂੰ ਕਵਾਂਗਾ ਮੇਰੀਆਂ ਭੈਣਾਂ ਵੀ ਸੁਣ ਲੈਣਾ ਜਿੱਦਣੇ ਬੁੱਢੇ ਤੁਰ ਪਏ ਮਾਪੇ ਤੁਰ ਪਏ ਤੈਨੂੰ ਤੇਰਿਆਂ ਪਿਆਰਿਆਂ ਲਾਗੇ ਨਹੀਂ ਪੈਣ ਦੇਣਾ ਚਾਚਿਆਂ ਦੀ ਜੇਬ ਦਾ ਮਾਣ ਨਾ ਕਰਿਆ ਕਰ ਫੁੱਫਿਆਂ ਦੀ ਜੇਬ ਦਾ ਮਾਣ ਨਾ ਕਰਿਆ ਕਰ ਅੱਜ ਮੈਂ ਮੰਡਿਆਲੇ ਚ ਇੱਕ ਵਾਅਦਾ ਲੈਣਾ ਏ ਕਿਸੇ ਨੂੰ ਨਾ ਦੱਸਿਆ ਕਰ ਮੇਰੇ ਮਾਮੇ ਬੜੇ ਅਮੀਰ ਨੇ ਕਿਸੇ ਨੂੰ ਨਾ ਦੱਸਿਆ ਕਰ ਮੇਰੇ ਚਾਚੇ ਬੜੇ ਅਮੀਰ ਨੇ ਕਿਸੇ ਨੂੰ ਨਾ ਦੱਸਿਆ ਕਰ ਮੇਰਾ ਤਾਇਆ ਬੜਾ ਅਮੀਰ ਏ ਜੇ ਤੇ ਤੈਨੂੰ ਫਰਿੱਜ ਨੂੰ ਹੱਥ ਮਰਜ਼ੀ ਨਾ ਲਾਉਣ ਦਿੰਦਾ ਤੇ ਫਿਰ ਅਮੀਰ ਏ ਜੇ ਤੇਰਾ ਚਾਚਾ ਮਾਮਾ ਤਾਇਆ ਕੁਰਬਾਨੀ ਦਾ ਗੋਸ਼ਤ ਤੈਨੂੰ ਮਰਜ਼ੀ ਨਾਲ ਵੰਡਣ ਦਿੰਦਾ ਤੇ ਫਿਰ ਅਮੀਰ ਏ ਕੋਈ ਅਮੀਰ ਨਹੀਂ ਸਿਰਫ ਤੇਰਾ ਬਾਪ ਹੀ ਅਮੀਰ ਏ ਸਿਰਫ ਤੇਰੀ ਮਾਂ ਹੀ ਮੀਰੇ ਰੋਂਦੇ ਆ ਵੇਖ ਸ਼ਰੀਕ ਵੀ ਬੂਏ ਢੋਲੇ ਦੇ ਬਿਨ ਮਾਵਾਂ ਦੇ ਕਾਵੀ ਟੁਕੜੇ ਖੋਲੇ ਦੇ ਰੋਂਦੇ ਆ ਵੇਖ ਸ਼ਰੀਕ ਵੀ ਬੂਏ ਖੋਲੇ ਦੇ 27 ਵਰੇ ਹੋ ਗਏ ਨੇ ਸਾਨੂੰ ਹੀ ਕੋਈ ਨਹੀਂ ਕਦੀ ਪੁੱਛਣ ਆਇਆ ਮੋਇਓ ਚੁੱਕ ਜਿਉਂਦਿਆਂ ਚੁੱਕ ਰੋਂਦੇ ਆ ਵੇਖ ਸ਼ਰੀਕ ਵੀ ਬੂਏ ਢੋਲੇ ਦੇ ਬਿਨ ਮਾਵਾਂ ਦੇ ਕਾਵੀ ਟੁਕੜੇ ਖੋਲੇ ਦੇ ਫਟੇ ਪੁਰਾਣੇ ਕੱਪੜੇ ਗਲ ਵਿੱਚ ਪਾਉਂਦੇ ਨੇ ਫਟੇ ਪੁਰਾਣੇ ਕੱਪੜੇ ਤਨ ਦੇ ਹੰਡਾਉਂਦੇ ਨੇ ਭੁੱਖਿਆ ਰਹਿ ਕੇ ਲੋਕੋ ਪੁੱਤਰ ਜਾਂਦੇ ਨੇ ਵਧੀ ਕੱਟੀ ਜੇ ਮਿਲ ਜਾਵੇ ਤੇ ਖਾਂਦੇ ਨੇ ਬਾਦਸ਼ਾਹਾਂ ਵੱਲ ਲਾਡ ਆਪ ਲਡਾਉਂਦੇ ਨੇ ਠੰਡੇ ਸਾਲ ਲੋਕੋ ਖਾਣੇ ਪੈ ਜਾਂਦੇ ਓਏ ਚਾਚੇ ਤੇ ਕਾਰਾਂ ਸਜਾਉਣ ਜਾਵਣ ਤੇ ਬਿਸਤੀਆਂ ਕਰਾ ਦਿੰਦੇ ਨੇ ਆਂਦੇ ਨੇ ਯਾਰ ਬਰਾਬਰ ਦੀ ਸਜਾ ਦੇ ਮੈਂ ਹੀ ਭਤੀਜਾ ਵਿਆਹ ਰਿਹਾ ਹੈ ਮੈਨੂੰ ਨਾ ਸਮਝੀ ਕਿਵੇਂ ਮੁੰਡੇ ਦੀ ਜੰਜ ਲੈ ਕੇ ਚੱਲਣਾ ਤੇ ਤੂੰ ਥੋੜ੍ਹੀ ਜਿਹੀ ਘੱਟ ਸਜਾ ਦੇ ਇੱਥੇ ਹੀ ਫਿੱਕਾਂ ਪਾ ਦਿੰਦੇ ਨੇ ਪਾਉਂਦੇ ਨੇ ਕਿ ਨਹੀਂ ਪਾਉਂਦੇ ਫਿੱਕਾਂ ਫਟੇ ਪੁਰਾਣੇ ਕੱਪੜੇ ਤਨ ਦੇ ਹੰਡਾਉਂਦੇ ਨੇ ਭੁੱਖਿਆਂ ਰਹਿ ਕੇ ਲੋਕੋ ਪੁੱਤ
पुत्र जाने ने वधी कटे जे मिल जावे ते खांदे ने बादशाह वाले लाड आप लड़ांदे ने ठंडे साल लोग खाने पै जांदे जद मापे कबरी डेरे ला लेंदे तत्ते साल फिर करन वाला कोई लभदा नहीं मावक कोई पुत दे नखरे चकदा नहीं। मैं कालजों में खिताब करने जाता हूँ, लोगों वजीरों के घरों में जाता हूँ। राणा सनाउल्ला साहब की बेगम ने मुझे बुलाया, वो हज पे चले थे, प्रोग्राम किया, अरब पतियों के बेवियाँ रो रो के आंसू साफ करती रही। मैंने उनको समझाया, ये बच्चे ये बच्चियाँ तुम्हारे कमरे में नहीं आते, ये कब्र में कैसे जाएंगे? अल्लाह के लिए बेटियों का हक ना खाना। जाओ तकरीर नेट पे पड़ी है, कितने लोगों के घरों के अंदर वाले मामलात जो बेटियों का हक खाकर अय्याशियां करते हैं। अल्लाह के कसम है, बेटियों के हक दे दिए, माँ बाप की इज्जत करने लग पे। ये कॉलेज के बच्चे कब रोते हैं, आप मेरी तकरीर जाके देखे कॉलेजों की, मेरे नेट चैनल पे लामा नासर मदनी ऑफिशियल चैनल पे देखें, बच्चे जवान कॉलेजों के रो रहे होते हैं। इधर गुजरा वाले स्पायर कॉलेज में मैं आया, बेटियां इतना रोए, टीचर रोई, प्रिंसिपल रोए। क्यों? मैं लोगों को हकीकत समझा जाता हूँ, क्या समझाने लगा हूँ। मैं एक ही अजय नुकता बयान कर रहा सा, मेरी उम्मत दे बुढ़िया का हया करे जे, तो मैं दलील देन लगा, मैं सुनिया जे लोगो जवान मापे लख दे, बुढ़े मापे सवा लख दे, तुसी कहोगे किवें? शामो शाम शहरों घर नूं आउणा पै जांदा, जद घर दा राखा कबरी डेरे ला लहदो। जिदले बुढ़े तुर गए ना, तेनू भी मंडिया लो, शाम नूं छेती घर जाना पैना है कि मेरा घर कल्ला है। जो मापे घर ना हो तो घर सुंझे हो जाते। हुण शेर पढ़ा, उच्चियां लंबियां डालियां ते घनियां जिन्हां दियां छावां, सारी दुनिया मंडियालों लभदे पर नहीं लभदियां जग ते मावां। बहुतिया आते है मां, बहुतिया आते है मां, मैं हूं कौन मुझको ताया थमा ने, मुझे पहला कलमा सिखाया थमा ने, वो चाहते थे मैं कुछ न कुछ बन के आऊं। ओ मौलवियां दिया रोटियां पकाउन वाले हो, ओ पीरां ते रोटियां नशावर करने वालो, कदी रोटी तोड़ के मां दे मुंह नु मिला, कदी बुरकी तोड़ के बाप दे मुंह नु मिला। साडे अगे रखदा है कदी ला, जिन्हें कन्नों फड़ के मसीत छड़ी सी के चल मसीते चल, जिन्हें मौलवी विखाया, जिन्हें मसीत विखाई, ओनू कदी तू मुंह नू रोटी भी नहीं लाई। एक कौली च सालन पा के देना परा, ओए मोइयां मावां दे मवीरा फल वंडन वाले आ, जिंदा मां दा लाज कराया कर, टेस्ट कराया कर। बोलो की कराया कर? टेस्ट करा, इलाज करा। जिंदा मां दा कमरा सोना बना, बिस्तरा विछा। नबियां दे सरदार इज्जत दसा, बाबा जी इब्राहिम दी इज्जत होई, इस्माइल पुत्र ने करके विखाई। इधर भी वेखी जरा मसला, आंदी अल्लाह वाले मैं तड़े मुर्शद नूं मिलना चाहनी है। आंदे बीबी साडा मुर्शद पराइयां औरतां दे मत्थे नहीं लगदा। तवज्जो,
ਹੁਣ ਬਤਾਇਆ ਆਖਰੀ ਬਾਤ ਪੱਲੇ ਬਣ ਲਿਆ ਜੇ ਅੱਜ ਮੈਂ ਇੱਕ ਹੀ ਬਾਤ ਨੂੰ ਟੱਚ ਦਿੱਤਾ ਏ ਮੇਰੇ ਨਬੀ ਨੇ ਕਿਹਾ ਮੇਰੀ ਉਮਤ ਦੇ ਬੁੱਢਿਆਂ ਦਾ ਹਯਾ ਕਰਿਆ ਜੇ ਤੇ ਪੈਗੰਬਰ ਜਿਹੜੀ ਗੱਲ ਕਵੇ ਅਮਲ ਵੇ ਕਰਦੇ ਨੇ ਇਹ ਸੁਣੀ ਜ਼ਰਾ ਧਿਆਨ ਨਾਲ ਆਉਂਦੇ ਨੇ ਵੀਰੋ ਮੈਂ ਤੁਹਾਡੇ ਮੁਰਸ਼ਦ ਨੂੰ ਮਿਲਣਾ ਚਾਹੁੰਦੀ ਏ ਆਉਂਦੇ ਨੇ ਵੀਰ ਖੈਰ ਭੈਣਾਂ ਸਾਡਾ ਮੁਰਸ਼ਦ ਨਹੀਂ ਪਰਾਈਆਂ ਔਰਤਾਂ ਦੇ ਮੱਥੇ ਲੱਗਦਾ ਆਉਂਦੀ ਨਹੀਂ ਮੈਂ ਮਿਲਣਾ ਚਾਹੁੰਦੀ ਏ ਮੇਰੀਆਂ ਕੁਝ ਨੇਕੀਆਂ ਨੇ ਮੇਰੇ ਨਬੀ ਕਰੀਮ ਆਉਂਦੇ ਨੇ ਲੈ ਆਓ ਹੱਥਾਂ 'ਚ ਕੜੀਆਂ ਲੱਗੀਆਂ ਨੇ ਪੈਰਾਂ 'ਚ ਬੇੜੀਆਂ ਪਈਆਂ ਨੇ ਤੇ ਨਬੀਆਂ ਦੇ ਸਰਦਾਰ ਦੇ ਸਾਹਮਣੇ ਭੈਣ ਦੀ ਉਮਰ ਵੱਡੀ ਏ ਤੇ ਮੁਸਤਫਾ ਦੀ ਉਮਰ ਥੋੜ੍ਹੀ ਏ ਤੇ ਲੋਰੀਆਂ ਦੇਣ ਵਾਲੀ ਦੀ ਉਮਰ ਬਹੁਤੀ ਏ ਔਰ ਸੁਣੋ ਬੁੱਢਿਆਂ ਦੀ ਇੱਜ਼ਤ ਕਿਵੇਂ ਕਰੀਦੀ ਆਉਂਦੀ ਏ ਸੁਣ ਵੇ ਵੀਰਾ ਬਦਰ ਮੁਨੀਰਾ ਆਲਮ ਦੇ ਆ ਸਰਦਾਰ ਤੈਨੂੰ ਅੱਜ ਵੇਖਿਆ ਦੂਜੇ ਵਾਰ ਰਾਮ ਮੈਂ ਛੀਮਾ ਮੇਰੀ ਮਾਂ ਹਲੀਮਾ ਤੇ ਅਸੀਂ ਤੇਰੀਆਂ ਦਾਰੀਆਂ ਮੈਂ ਸਾ ਤੈਨੂੰ ਤੇਰਾ ਮਾਂ ਪਿਓ ਕਵੇ ਪੁੱਤਰ ਮੇਰੇ ਹੱਥਾਂ 'ਚੋਂ ਜੇ ਤੇਰਾ ਗੂੰ ਨਹੀਂ ਮੁੱਕਾ ਵੇ ਪੁੱਤਰ ਮੈਂ ਤੇ ਉਮਰ ਲਾਤੀ ਤੇਰੇ ਤੇ ਤੂੰ ਆਨਾ ਕੋਈ ਸਾਲ ਨਹੀਂ ਕੀਤਾ ਤੇਰੇ ਵਰਗੇ ਕਈ ਜੰਮਣ ਵਾਲੇ ਔਰ ਸੁਣੀ ਜੁਮਲਾ ਆਂਦੀ ਵੀਰਾ ਬੜਾ ਦਰਦ ਵਾਲਾ ਮੈਂ ਛੀ ਮਾਂ ਮੇਰੀ ਮਾਂ ਹਲੀ ਮਾਂ ਉੱਚੀ ਕਵੋ ਸੁਭਾਨ ਆਂਦੀ ਮੈਂ ਛੀ ਮਾਂ ਮੇਰੀ ਮਾਂ ਹਲੀ ਮਾਂ ਤੇ ਅਸੀਂ ਤੇਰੀਆਂ ਦਾਰੀਆਂ ਮੈਂ ਸਾ ਤੈਨੂੰ ਲਾਡ ਲਡਾਏ ਅੰਮਾ ਦੁੱਧ ਪਲਾਵੇ ਛਮ ਛਮ ਰੋਵੇ ਨਵੇ ਪਿਆਰਾ ਜਦੋਂ ਗੱਲਾਂ ਯਾਦ ਕਰਾਵੇ ਤੇ ਆਂਦੀ ਕੀ ਏ ਆਂਦੀ ਏ ਤੂੰ ਬਣ ਗਿਆ ਅੱਜ ਪੀਰ ਪੀਰਾਂ ਦਾ ਤੇ ਪਾਇਆ ਸ਼ਾਨ ਉੱਚੇ ਰਾ ਨਬੀ ਪਾਕ ਨੂੰ ਸੁਣੋ ਓਏ ਆਪਣਿਆਂ ਵੱਡਿਆਂ ਨੂੰ ਰੋਂਦਿਆਂ ਵੇਖ ਕੇ ਖੁਸ਼ ਹੋਣ ਵਾਲਿਓ ਓਏ ਆਪਣੇ ਵੱਡਿਆਂ ਨੂੰ ਰੁਲਦਾ ਵੇਖ ਕੇ ਖੁਸ਼ ਹੋਣ ਵਾਲਿਓ ਓਏ ਆਪਣੀਆਂ ਬੁੱਢੀਆਂ ਦੇ ਸੋਹਣੇ ਕਮਰੇ ਤੇ ਮਾਪਿਆਂ ਦੇ ਕਮਰੇ ਗੰਦੇ ਰੱਖ ਕੇ ਖੁਸ਼ ਹੋਣ ਵਾਲਿਓ ਮਸਲਾ ਸੁਣੋ ਆਂਦੀ ਏ ਤੂੰ ਬਣ ਗਿਆ ਅੱਜ ਪੀਰ ਪੀਰਾਂ ਦਾ ਤੇ ਪਾਇਆ ਸ਼ਾਨ ਉਚੇਰਾ ਪਕੜ ਲਿਆ ਦਸ ਹਾਬ ਤੇਰੇ ਆਣੇ ਅੱਜ ਕੌਮ ਕਬੀਲਾ ਹਮੇਰਾ ਲੱਗੀਏ ਆਂਦੀ ਵੀਰਾ ਭੈਣ ਤੇਰੇ ਅੱਜ ਕੈਦਨ ਹੋਈ ਆਈਏ ਵਿੱਚ ਦਰਬਾਰ ਬੇਗਮਾਂ ਨੂੰ ਕਾਰਾਂ ਤੇ ਲਿਜਾਣ ਵਾਲਿਓ ਤੇ ਫੁੱਫੀਆਂ ਨੂੰ ਰਕਸ਼ਿਆ ਤੇ ਪਾਉਣ ਵਾਲਿਓ ਓ ਨਮਕ ਰਾਮੋ ਓ ਸਾਨ ਫਰਾਮੋਸ਼ੋ ਤੇਰੀ ਬੁੱਢੀ ਨੇ ਕਦੀ ਤੇਰੀ ਜੁੱਤੀ ਪਾਲਿਸ਼ ਨੇ ਕੀਤੀ ਤੇ ਤੇਰੀ ਫੁੱਫੀ ਨੇ ਤੇਰੇ ਪਿਓ ਦੀਆਂ ਜੁੱਤੀਆਂ ਵੀ ਪਾਲਿਸ਼ ਕੀਤੀਆਂ ਤੇ ਤਸਮੇ ਵੀ ਬੰਦ ਕੀਤੇ ਨੇ ਫੁੱਫੀਆਂ ਕੁਆਮ ਤੇਰੀ ਨਾ ਮੁਸਤਫਾ ਕਰੀਮ ਫਰਮਾਉਂਦੇ ਨੇ ਸਾਹਮਣੇ ਛੀਮਾ ਬਸ ਕਰਨਾ ਕਿੰਨਾ ਕੁ ਰੋਣਾ ਈ ਕਿੰਨਾ ਕੁ ਰੋਣਾ ਈ ਆਂਦੀ ਵੀਰਾ ਭੈਣ ਤੇਰੇ ਅੱਜ ਕੈਦਨ ਹੋਈ ਤੇ ਆਈਏ ਵਿੱਚ ਦਰਬਾਰੇ ਤਵੱਜੋ ਮੇਰੇ ਵੱਲ ਕਿੰਨੇ ਅੱਖਾਂ ਜਵਾਂ ਸੁਣੇ ਬੜੇ ਦਰਦ ਵਾਲੇ ਜੁਮਲੇ ਨੇ ਵੀਰਾ ਪੈਲ ਤੇਰੀ ਅੱਜ ਕੈਦਨ ਹੋਈ ਤੇ ਹਾਈਏ ਵਿੱਚ ਦਰਬਾਰ ਰੇ ਮੈਂ ਪਰਦੇਸਨ ਦੂਰ ਦਰਾਡਰ ਅੱਜ ਅੱਲਾ ਮੇਲ ਕਰਾ ਏ
मेरे नबी ने इंज करके अपनी दाढ़ी हिंजुआ नाल साफ कीती। सियाबा वेखदे पै कि सोना इन्ना रो रहा है, इंज करके हजरत साहब कैसा मंजर होए मुस्तफा नबिया मौलान वर्दी साहब मेरे नबी दे यार रोन लग पे। यार असी की कर बैठे हाँ जिन्हें नबी पाक नूं ही रवा देता है। ते गल सुन वाली बड़ी वड्डी कीमती जुमला कहन लगा इन पले बनिया जे सियाबा नबी पाक तक क्यों लग आए वडेरी समझ के मुस्तफा भी वडेरी समझ के मंगाई आप बेपर्दा औरत दे सामने नहीं सी आंदे। एदा मतलब है औरत वडेरी होवे चेहरे दा पर्दा ना भी करे ते कोई गल नहीं, ते जे करे ते बड़ा तकवा प्रेस। ए लफ्ज सुनन वाला है मेरे नबी आंदे ने पुत्रो पीछे हट जाओ, मेरे नबी आंदे ने इधर अगे आओ। इंज काली कमली उतारी ते भैन दे पैरां थले वछा दित्ती। ओ जेड़ा नबी आखरी खुतबे च कवे कि बुढ़िया की इज्जत करनी अज करके भी विखा रहे ने। ते सियाबा ने अल्लाह जानदा है सामने मुस्तफा वल वेख्या आंदे सोने गैर मजहब दी माई ते ताड़ी चादर भी पाग आप प्रबंध ने पिछे अड़ जाओ ये तुहानू नहीं पता कौन है की आंदे ने देन दे छीमा लोरी झूला जला के या रब्बे अब केला ना मुहम्मद फरमा के। अल्लाहु अकबर मैं ऐलान करांगा जुमे दा वी इंशाल्लाह कहंदे जुमे दा वी ऐलान करो। ए लफ्ज़ बड़े ईमान वाले अज मंडियाले च कसमे मेरा दिल खुश हो गया है कि ना बच्चियां नूं समझाया कि वड्डियां दी इज्जत करनी बुढ़ियां दी आंदे की ने अपने ओ सुनो छोटे कदों इज्जत करदे ने वड्डियां दी जदों वड्डे दसन के पुत्रा साडे वड्डे ने। उच्ची बोलो जो वड्डे दसन पुत्रा साडे सारे बोलो अब्दुस्तार जो वड्डे दसन के आ साडे वड्डे ने। नबी पाक ने दसिया पुत्रा आ मेरी भैन छीमा है लोकां दियां भैणा बच्चे खड़ांदियां सी ए मैनू खड़ांदी भी सी मेरी लंबी उम्र भी मंगदी सी। तेन कहंदी की हुंदी सी पैना जलावन झूले वीरे ने फब दे पैना वीर लोको मुल नहीं लब दे। जे मुल लब दे हुंदे भाई आसम नदीम साहब ने लै आना सी पुत्र अल्लाह इस मेरे यार नू नेक ते साले हुलाद दे दे। अल्लाह तेरे दरबार च केड़ियां कमियां ने तजद दा वेला इठाई दा टाइम ही सारी उम्र तेरे दरबार की नौकरी की है सताई वरे गुजर गए ने तेरे दीन की दी नौकरी कर दे ए तेरे दीन दा नौकर नौकरा च बह के तेरे दीन दे नौकर वास्ते पुत्र मंग दे खैर पा दे। अल्लाह बे औलादा नू खैर पा दे औलाद दे मेवे कुछ इंज देने बुढ़ा बाप शवैब ते पुत कोई ना पंजा दियां ही बकरियां चार दियां भला शवैब दा नहीं से दिल करदा चखा लज्जत है सबहार दियां हुन कौन पुछ तू के करदा ए ते मर्दियां रब गवार दियां दर असल की दे दे अंगंदियां ने शाना समझी तीन तिया सी ते मैं याला पुत्र दे हुण पुत्र होया ते मैं याला दो कर दे वेखो ए पुत्रो मापे ते औलाद दी मोहब्बत तो रज दे नहीं ते तुसी दो मापियां नूं सांभ नहीं सकदे। ज्यो ज्यो बाबा बुढ़ा होवे नौकर सारे करदा अद्धा मंडियाला इंज दा है प्यों नूं आंदे ने सब्जी लियाओ दुध लियाओ ते असी नमक रामा ने बह के खाना है। ओए बुढ़िया नूं ना कलिया कर अम्मा नूं ना सब्जी लैन कलिया कर वडेरी हड्डी जे कोई अपतरा मोटरसाइकिल वाला अन्ना वज गया मां मंजे ते पै जाएगी। ओए अन्ने चलाउंदे ही बड़ी भैड़ी ने फिर बच के आंदे ने सॉरी अल्लाह आए अखां विच मिट्टी पाई जाओ आए अखां विच मिट्टी पाई जाओ ओए
सब्जी मंगवाई जाओ, ओए अब्बे कोलो दुध मंगवाई जाओ, बेगमां नूं बाह के खवाई जाओ, सहुरियां नूं बाह के खवाई जाओ, ओए जिवें वसदा जे वसाई जाओ, ओ दुध आओ, ओ तुहाडियां वी कन्नां ते ने, लस्सी सेहत लई चंगी चीज़ है, दुध विच पानी पाई जाओ पाई जाओ पाई जाओ। क्यों भाई दुध च पानी पा रहे ने कि पा रहे आ? ते फिर भी आंदे असी आशिके रसूल आका कियामत मरहबा मतनी कियामत मरहबा मोटरसाइकिल पे झंडा लगाऊंगा हजूर कियामत का जश्न मनाऊंगा। मैं क्या फिर पानी कहता वो तो पाऊंगा। सच्चाई छुप नहीं सकती बनावट के असूलों से, खुशबू आ नहीं सकती ये फार्मी ये प्लास्टिक के फूलों से, आ सकती।